ਨਾਂ ਗੁਰਮੀਤ ਸਿੰਘ ਆ ਜੀ ਗੁਰਮੀਤ ਸਿੰਘ ਜੀ ਅੱਜ ਬਾਬਾ ਹਰੀਆ ਸਿੰਘ ਭੱਟਲ ਕਾਲਜ ਦੇ ਗੇਟ ਅੱਗੇ ਤੁਸੀਂ ਧਰਨਾ ਦਿੱਤਾ ਅੰਦਰ ਟਰੈਕਟਰ ਦੇ ਗੇਟ ਦੇ ਕਾਰਨ ਕੀ ਹੈ ਕਾਰਨ ਸਰ ਸਾਨੂੰ ਪਿਛਲੇ 21 ਮਹੀਨਿਆਂ ਤੋਂ ਸਾਡੀਆਂ ਤਨਖਾਹਾਂ ਰੁਕੀਆਂ ਸਾਡੇ ਬੱਚੇ ਦੀਆਂ ਫੀਸਾਂ ਨਹੀਂ ਭਰੀਆਂ ਗਈਆਂ ਤਾਂ ਕਰਕੇ ਅਸੀਂ ਅੱਜ ਮਜਬੂਰ ਹੋ ਕੇ ਧਰਨਾ ਲਾ ਰਹੇ ਹਾਂ ਤਾਂ ਜੋ ਸਾਡੀ ਗੱਲ ਸਰਕਾਰ ਤੱਕ ਪਹੁੰਚ ਸਕੇ ਵੀ ਇੱਥੇ ਵੀ ਕੋਈ ਮੁਲਾਜ਼ਮ ਹੈਗੇ ਆ ਜਿਹੜੇ ਪਿਛਲੇ 21 ਮਹੀਨਿਆਂ ਤੋਂ ਤਰਲੇ ਕੱਢ ਰਹੇ ਆਪਣੀਆਂ ਤਨਖਾਹਾਂ ਲੈਣ ਵਾਸਤੇ ਕਿੰਨਾ ਸਟਾਫ ਹੈਗਾ ਜੀ ਤੁਹਾਡੇ ਸਾਡੇ 110 ਦਾ ਸਟਾਫ ਆ ਜੀ ਟੋਟਲ 110 ਦੀ ਕਿਸੇ ਦੀ ਤਨਖਾਹ ਨਹੀਂ ਕਿਸੇ ਦੀ ਤਨਖਾਹ ਜਾਰੀ ਨਹੀਂ ਹੋਈ ਜੀ ਹੁਣ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਾਡੀਆਂ ਜਲਦੀ ਤੋਂ ਜਲਦੀ ਤਨਖਾਹਾਂ ਜਾਰੀ ਕੀਤੀਆਂ ਜਾਣ ਅਤੇ ਸਾਡਾ ਅੱਗੇ ਕੋਈ ਪੱਕਾ ਹੱਲ ਕੀਤਾ ਜਾਵੇ ਅਜੇ ਤੱਕ ਸਰਕਾਰ ਵੱਲੋਂ ਕੋਈ ਹੱਲ ਦਾ ਕੋਈ ਹੱਲ ਨਹੀਂ ਜੀ ਪਿਛਲੇ 2 ਸਾਲਾਂ ਤੋਂ ਅਸੀਂ ਪੋਜ਼ਿਟਿਵ ਅਤੇ ਪੋਜ਼ਿਟਿਵ ਸ਼ਬਦ ਸੁਣਦੇ ਸੁਣਦੇ ਥੱਕ ਚੁੱਕੇ ਹਾਂ ਸਾਡੇ ਪ੍ਰਿੰਸੀਪਲ ਦੁਆਰਾ ਪੋਜ਼ਿਟਿਵ ਸ਼ਬਦ ਯੂਜ਼ ਕੀਤਾ ਜਾਂਦਾ ਉਹ ਸਾਨੂੰ ਨਹੀਂ ਪਤਾ ਲੱਗਿਆ ਵੀ ਪੋਜ਼ਿਟਿਵ ਹੈ ਕੀ ਆ ਪੋਜ਼ਿਟਿਵ ਤਾਂ ਕਰੋਨਾ ਪੋਜ਼ਿਟਿਵ ਅਜੇ ਤੋਂ ਮਾਰ ਦਿੰਦਾ ਬੰਦੇ ਨੂੰ ਅਤੇ ਮੈਨੂੰ ਵੀ ਲੱਗਦਾ ਅਸੀਂ ਪੋਜ਼ਿਟਿਵ ਕਰੋਨਾ ਹੀ ਹੋ ਗਏ ਹਾਂ ਅਸੀਂ ਕਰੋਨਾ ਪੋਜ਼ਿਟਿਵ ਹਾਂ ਹੁਣ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਿੰਨਾ ਸਮਾਂ ਹੋ ਗਿਆ ਸਰਕਾਰ ਇਹਨੂੰ ਬੰਦ ਕਰਨ 'ਚ ਵੀ ਨਹੀਂ ਆ ਰਹੀ ਜਾਂ ਚਲਾਉਣ 'ਚ ਵੀ ਨਹੀਂ ਆ ਰਹੀ ਕਿਵੇਂ ਇਹ ਪੂਰੇ 2 ਸਾਲ ਤੋਂ ਚੱਲ ਰਿਹਾ ਜੀ 2 ਸਾਲ ਹੋ ਗਏ ਸਾਨੂੰ ਇਹੀ ਚੀਜ਼ ਦੇਖਦਿਆਂ ਨੂੰ ਵੀ ਸਾਡਾ ਕੋਈ ਹੱਲ ਵੀ ਨਹੀਂ ਕੀਤਾ ਗਾ ਅਤੇ ਇਹਨੂੰ ਪ੍ਰੋਪਰ ਚਲਾ ਵੀ ਨਹੀਂ ਰਹੀ ਗਈ ਕੀ ਨਾਮ ਹੈ ਜੀ ਮੈਂ ਮਹਿੰਦਰਪਾਲ ਸਿੰਘ ਸੰਸਥਾ ਵਿਖੇ ਉਰੇ ਮੈਨੂੰ ਪਿਛਲੇ 13 ਸਾਲਾਂ ਤੋਂ ਮੈਂ ਉਰੇ ਤੋਂ ਸਰਵਿਸ ਕਰ ਰਿਹਾ ਬਤੌਰ ਜੂਨੀਅਰ ਸਾਹਿਬ ਅਤੇ ਅੱਜ ਸਾਨੂੰ ਪਿਛਲੇ 2 ਮਹੀਨਿਆਂ ਤੋਂ ਸਾਨੂੰ ਪਿਛਲੇ 21 ਮਹੀਨਿਆਂ ਤੋਂ ਸਾਨੂੰ ਬਿਲਕੁਲ ਤਨਖਾਹ ਨਹੀਂ ਜਾ ਰਹੀ ਅਸੀਂ ਬਹੁਤ ਤੰਗ ਹੋ ਚੁੱਕੇ ਹਾਂ ਅਸੀਂ ਆਪਣੇ ਛੋਟੇ ਛੋਟੇ ਖਰਚੇ ਚਲਾਉਣ ਲਈ ਵੀ ਮਜਬੂਰ ਹੋ ਗਏ ਹਾਂ ਅਸੀਂ ਆਪਣੀਆਂ ਬੇਨਤੀਆਂ ਬਹੁਤ ਜਗ੍ਹਾ ਕਰ ਲਈਆਂ ਤਕਨੀਕੀ ਸਿੱਖਿਆ ਮੰਤਰੀ ਤੋਂ ਲੈ ਕੇ ਫਾਈਨਾਂਸ ਮਿਨਿਸਟਰ ਨੂੰ ਵੀ ਮਿਲੇ ਸਾਨੂੰ ਸਭ ਤੋਂ ਪਹਿਲਾਂ ਉਰੇ ਤੋਂ ਜਿਹੜਾ ਸੰਸਥਾ ਤੋਂ ਇੰਜਰੀ ਕਾਲਜ ਦੇ ਬੱਚੇ ਸ਼ਿਫਟ ਕਰ ਦਿੱਤੇ ਆ ਸਾਨੂੰ ਇਹ ਕਿਹਾ ਗਿਆ ਵੀ ਤੁਹਾਡੀ ਸ਼ਿਫਟਿੰਗ ਹੋ ਜਲਦੀ ਤੋਂ ਜਲਦੀ ਹੋ ਜੂਗੀ ਪਰ ਉਹਦਾ ਕੋਈ ਹੱਲ ਨਹੀਂ ਨਿਕਲਿਆ ਅੱਜ ਅਸੀਂ ਮਜਬੂਰ ਹੋ ਗਏ ਅਸੀਂ ਅੱਜ ਆਪਣੇ ਮੁੱਖ ਦਫ਼ਤਰ ਐਡਮਿਨ ਬਲਾਕ ਨੂੰ ਅਸੀਂ ਤਾਲਾ ਲਾਇਆ ਤਾਂ ਕਿ ਸਾਡੀਆਂ ਤਨਖਾਹਾਂ ਜਿਹੜੀਆਂ ਰੁਕੀਆਂ ਹੋਈਆਂ ਤਨਖਾਹਾਂ ਉਹ ਜਾਰੀ ਕੀਤੀਆਂ ਜਾਣ ਤਾਂ ਕਿ ਅਸੀਂ ਆਪਣੇ ਘਰੋਗੀ ਖਰਚੇ ਚਲਾ ਸਕੀਏ ਅਸੀਂ ਜੇ ਸਾਡੀ ਸਰਕਾਰ ਇਸ ਸਾਡੀ ਮਜਬੂਰੀ ਨੂੰ ਗੌਰ ਨਹੀਂ ਕਰਦੀ ਤਾਂ ਅਸੀਂ ਇਸ ਧਰਨੇ ਨੂੰ ਹੋਰ ਤਿੱਖਾ ਬੀੜਾਂਗੇ ਅਸੀਂ ਪੂਰੇ ਲਹਿਰੇ ਅੱਗੇ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ ਰੋਡ ਮਾਰਚ ਕਰਾਂਗੇ ਜਿੱਥੋਂ ਤੱਕ ਵੀ ਜਾਏਂਗੇ ਉੱਥੇ ਤੱਕ ਅਸੀਂ ਜਾਵਾਂਗੇ ਇਸ ਧਰਨੇ ਨੂੰ ਕਰਨਾ ਇਹ ਧਰਨਾ ਅਸੀਂ ਦਿਨ ਰਾਤ ਅਸੀਂ ਇਹ ਸੋਚਿਆ ਦਿਨ ਰਾਤ ਅਸੀਂ ਲਾਵਾਂਗੇ ਔਰ ਬੈਠਾਂਗੇ ਅਸੀਂ ਜਦ ਤੱਕ ਸਾਡੀਆਂ ਪਿਛਲੀਆਂ ਤਨਖਾਹਾਂ ਜਾਰੀ ਨਹੀਂ ਹੁੰਦੀਆਂ ਸੰਸਥਾ ਦਾ ਕੋਈ ਹੱਲ ਨਹੀਂ ਹੁੰਦਾ ਹਾਂਜੀ ਕੀ ਨਾਮ ਹੈ ਤੁਹਾਡਾ ਸੋਨਮ ਮੋਗਿਲ ਮੈਂ ਜੀ ਇੱਥੇ ਅਸਿਸਟੈਂਟ ਲਾਇਬ੍ਰੇਰੀਅਨ ਹਾਂ ਸਾਨੂੰ ਪਿਛਲੇ ਲਗਭਗ 2 ਸਾਲ ਤੋਂ ਐਗਜੈਕਟਲੀ 21 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈਗੀ ਔਰ ਸਾਰਿਆਂ ਦਾ ਹੀ ਹਾਲ ਜੋ ਇੱਥੇ ਮੁਲਾਜ਼ਮ ਨੇ ਬਹੁਤ ਮਾੜਾ ਚੱਲ ਰਿਹਾ ਹੈਗਾ ਹੁਣ ਤੱਕ ਤਾਂ ਬੱਚਿਆਂ ਦੀਆਂ ਫੀਸਾਂ ਦਾ ਹੀ ਸੀਗਾ ਪਰ ਹੁਣ ਜੋ ਓਨੈਸਟਲੀ ਦੱਸੀਏ ਘਰ ਦੀ ਦਾਲ ਰੋਟੀ ਵੀ ਬਹੁਤ ਔਖੀ ਹੋ ਰਹੀ ਹੈਗੀ ਹੈ ਡਰ ਹੈ ਵੀ ਡਿਪਰੈਸ਼ਨ 'ਚ ਜਾ ਰਹੇ ਨੇ ਮੁਲਾਜ਼ਮ ਸਰਕਾਰ ਨੂੰ ਕੁਛ ਕਰਨਾ ਚਾਹੀਦਾ ਹੈਗਾ ਸਾਡੇ ਕਾਲਜ ਦਾ ਕੁਛ ਤਾਂ ਹੱਲ ਕਰਨਾ ਚਾਹੀਦਾ ਕਿੰਨੇ ਲੇਡੀਜ਼ ਸਟਾਫ ਹੈ ਅਤੇ ਕਿੰਨਾ ਜਿਹੜਾ ਜੈਂਟਸ ਸਟਾਫ ਹੈ ਲੇਡੀਜ਼ ਜੀ ਇੱਥੇ ਕੋਈ 20 ਇੰਪਲਾਈਜ਼ ਹੈ ਔਰ ਸਾਰਿਆਂ ਦਾ ਸਵਾਭਿਮਾਨ ਜੋ ਤਨਖਾਹ ਨਾਲ ਹੈ ਹੁਣ ਅਸੀਂ ਇਸ ਟਾਈਮ ਕਿਸ ਦੇ ਸਾਹਮਣੇ ਜਾ ਕੇ ਹੱਥ ਅੱਡੀ ਬੱਚਿਆਂ ਨੂੰ ਰੋਟੀ ਵੀ ਖਵਾਉਣੀ ਹੈ ਸਕੂਲ ਵੀ ਭੇਜਣਾ ਬੱਚੇ ਆ ਕੇ ਕਹਿੰਦੇ ਆ ਫੀਸਾਂ ਵਾਸਤੇ ਟੁੱਕਿਆ ਜਾਂਦਾ ਤਾਂ ਸਭ ਤੋਂ ਵੱਡੀ ਜੀ ਜੋ ਮੌਤ ਹੈ ਅਸੀਂ ਇਹ ਮਰ ਰਹੇ ਹਾਂ ਵੀ ਸਾਡੇ ਬੱਚੇ ਨੇ ਡਿਮਾਂਡਸ ਕਰਨੀਆਂ ਬੰਦ ਕਰਤੀਆਂ ਉਹ ਵੀ ਸਾਡੇ ਉਹਨਾਂ ਉਹ ਡਿਪਰੈਸ਼ਨ 'ਚ ਜਾ ਰਹੇ ਨੇ ਵੀ ਪੇਰੈਂਟਸ ਸਕੂਲ ਸਾਡਾ ਖਰਚਾ ਚਲਾਉਣ ਲਈ ਹੈ ਨਹੀਂ ਕੁਛ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਜੀ ਉਧਾਰ ਲੈ ਕੇ ਜੀ ਕਿਸ ਤਰ੍ਹਾਂ ਹਾਂਜੀ ਇੱਦਾਂ ਹੀ ਚੱਲ ਰਿਹਾ ਸਾਰਿਆਂ ਦਾ ਹੀ ਮਤਲਬ ਹੁਣ ਤੱਕ ਤਾਂ ਅਸੀਂ ਇਹ ਸੋਚਦੇ ਸੀ ਵੀ ਆਪਣੇ ਘਰ ਦੀ ਗੱਲ ਘਰ 'ਚ ਰੱਖੀਏ ਪਰ ਜਿਵੇਂ 21 ਮਹੀਨੇ ਹੋ ਗਏ ਸਾਰਿਆਂ ਨੂੰ ਵੀ ਪ੍ਰੋਬਲਮਸ ਆ ਰਹੀਆਂ ਹੈਗੀਆਂ ਕੋਈ ਇੱਕ ਜਣੇ ਦੀ ਗੱਲ ਨਹੀਂ ਹੈਗੀ ਸੋਚਿਆ ਵੀ ਜਾ ਸਕਦਾ 21 ਮਹੀਨੇ ਬਹੁਤ ਵੱਡੀ ਗੱਲ ਹੈਗੀ ਹੈ ਕਹਿਣ ਨੂੰ ਹੀ ਸੌਖੇ ਲੱਗਦੇ ਹੋਣੇ ਆ ਪਰ 21 ਮਹੀਨੇ ਤੋਂ ਜੀ ਸਾਰਿਆਂ ਦੇ ਹੱਥ ਤੰਗ ਨੇ ਦਵਾਈ ਬੂਟੀ ਤੁਸੀਂ ਕਦੋਂ ਤੱਕ ਧਰਨਾ ਜਾਰੀ ਰੱਖੋਗੇ ਕਿਉਂਕਿ ਤਨਖਾਹਾਂ ਤੁਹਾਨੂੰ ਮਿਲ ਨਹੀਂ ਰਹੀਆਂ ਠੀਕ ਹੈ ਦੇਖੋ ਜੀ ਤਨਖਾਹਾਂ ਮਿਲੇ ਬਿਨਾਂ ਤਾਂ ਘਰ ਦਾ ਹੱਲ ਨਹੀਂ ਹੈਗਾ ਜੈਂਟਸ ਸਟਾਫ ਹੋਰ ਔਖਾ ਕਿਉਂਕਿ ਬਹੁਤ ਦੀਆਂ ਵਾਈਵਸ ਵਰਕਿੰਗ ਹੈ ਬਹੁਤ ਦੀਆਂ ਨਹੀਂ ਹੈਗੀਆਂ ਉਹਨਾਂ ਦਾ ਜ਼ਿਆਦਾ ਮਾੜਾ ਹਾਲ ਹੋਏਗਾ ਮੈਂ ਆਪਣੀ ਗੱਲ ਦੱਸਾਂ ਮੈਂ ਕੈਂਸਰ ਪੇਸ਼ੈਂਟ ਹਾਂ ਹੁਣ ਇਸ ਟਾਈਮ ਜੋ ਸਾਡੇ ਮੇਰੀ ਜੋ ਸੈਲਰੀ ਸੀ ਉਹ ਮੇਰੀ ਬਿਮਾਰੀ 'ਤੇ ਲੱਗ ਰਹੀ ਸੀ ਹੁਣ ਉਹ ਵੀ ਬਹੁਤ ਪਰੇਸ਼ਾਨੀ ਆ ਰਹੀ ਹੈਗੀ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਜੀ ਡਾਕਟਰ ਵਿਨੀਸ਼ ਸਰ ਕੀ ਕਹਿਣਾ ਚਾਹੁੰਦੇ ਕਿਉਂਕਿ ਤੁਹਾਡੇ ਸਟਾਫ ਹੈ ਜਿਹੜਾ ਧਰਨੇ 'ਤੇ ਬੈਠਾ ਹੈਗਾ ਉਹਨਾਂ ਨੂੰ ਤਨਖਾਹ ਨਹੀਂ ਮਿਲੀਆਂ ਕੀ ਹੈ ਅਸਲ 'ਚ ਕਾਫੀ ਲੰਬਾ ਸਮਾਂ ਹੋ ਗਿਆ ਜੀ ਸਰਕਾਰ ਦੀ ਤਰਫੋਂ ਪਹਿਲਾਂ ਤਾਂ ਐਡਜਸਟਮੈਂਟ ਦਾ ਪ੍ਰੋਸੈਸ ਵੀ ਕਾਫੀ ਡਿਲੇ ਹੋ ਗਿਆ ਅਤੇ ਨਾਲ ਹੀ ਅਪ੍ਰੈਲ 19 ਤੋਂ ਬਾਅਦ ਸੈਲਰੀਜ਼ ਨਹੀਂ ਮਿਲੀਆਂ
ਤੇ ਸਾਡੇ ਕੋਲ ਜਿਹੜੇ ਫੰਡ ਅਵੇਲੇਬਲ ਸੀਗੇ ਉਸ ਚੋਂ ਦੋ ਸੈਲਰੀਜ਼ ਦੀ ਅਸੀਂ ਰਿਕੁਐਸਟ ਕੀਤੀ ਸੀ ਉਹ ਫਾਈਲ ਜ਼ਰੂਰ ਸਾਨੂੰ ਪਤਾ ਲੱਗਿਆ ਕਿ ਡਾਇਰੈਕਟਰ ਸਾਹਿਬ ਨੇ ਅਪਰੂਵ ਕਰਤੀ ਹੈ ਪਰ ਹਾਲੇ ਤੱਕ ਸਾਡੇ ਕੋਲ ਲੈਟਰ ਨਹੀਂ ਇਸ਼ੂ ਹੋਈ ਹੈ ਡਾਇਰੈਕਟਰੇਟ ਤੋਂ ਅਤੇ ਸਟਾਫ ਦੀ ਉਹੀ ਡਿਮਾਂਡ ਹੈ ਕਿ ਸਾਡੀ ਸੈਲਰੀਜ਼ ਰਿਲੀਜ਼ ਕੀਤੀਆਂ ਜਾਣ ਮੇਨ ਮੁੱਦਾ ਇਹੀ ਹੈ ਜੀ ਤੁਸੀਂ ਕੋਈ ਗੱਲਬਾਤ ਕਰੀ ਉੱਚ ਅਧਿਕਾਰੀਆਂ ਨਾਲ ਹਾਂਜੀ ਉਹਨਾਂ ਨੇ ਨੌਲੇਜ 'ਚ ਲਿਆਤਾ ਹੈ ਕੱਲ੍ਹ ਅਸੀਂ ਜਾ ਵੀ ਰਹੇ ਤਾਂ ਕਿ ਆਹ ਫਾਈਲ ਘੱਟੋ ਘੱਟ ਨਿਕਲ ਜਾਵੇ ਤਾਂ ਕਿ ਜਿੰਨੀ ਦੇਰ ਹਾਲੇ ਐਡਜਸਟਮੈਂਟ 'ਚ ਲੱਗਣੀ ਹੈ ਉਨੀ ਦੇਰ ਘੱਟੋ ਘੱਟ ਮਹੀਨਾ ਦੋ ਮਹੀਨੇ ਸਟਾਫ ਥੋੜ੍ਹਾ ਜਿਹਾ ਫਾਈਨੈਂਸ਼ੀਅਲੀ ਠੀਕ ਰਹੇ ਪਹਿਲਾਂ ਕੋਈ ਤਨਖਾਹ ਆਈ ਹੈ 21 ਮਹੀਨਿਆਂ ਦੇ ਵਿੱਚ ਕਦੇ ਨਹੀਂ ਪਹਿਲਾਂ ਵੀ ਜੇ ਕੋਈ ਮਤਲਬ ਸਾਡਾ ਆਪਣਾ ਹੀ ਫੰਡ ਜੇ ਫੰਡ 'ਚੋਂ ਹੀ ਮਿਲੀ ਹੈ ਜਿਹੜੀ ਮਿਲੀ ਹੈ ਹਜੇ ਤੱਕ ਹੋਰ ਸਾਨੂੰ ਕੋਈ ਫੰਡ ਨਹੀਂ ਮਿਲਿਆ ਕਰੋਨਾ ਦੇ ਟਾਈਮ 'ਚ ਫਰਵਰੀ ਦੀ ਵੀ ਤਨਖਾਹ ਅਸੀਂ ਰਿਲੀਜ਼ ਕੀਤੀ ਸੀ ਉਹ ਵੀ ਸਾਨੂੰ ਸਾਡੇ ਅਵੇਲੇਬਲ ਜਿਹੜੇ ਫੰਡ ਸੀ ਉਸ 'ਚੋਂ ਹੀ ਅਪਰੂਵਲ ਮਿਲੀ ਸੀ ਲੋਨ ਸੌਫਟ ਲੋਨ ਲਿਆ ਸੀ ਅਸੀਂ